ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਸਟਾਪ ਨਿਊਜ਼ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਦੱਸਦೇನೆ ਆ ਤੁਹਾਨੂੰ ਪੰਜਾਬ ਦੀਆਂ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਪੰਜਾਬ ਦੇ ਤਾਪਮਾਨ ਦੇ ਵਿੱਚ ਅਗਲੇ 24 ਘੰਟਿਆਂ ਅੰਦਰ ਜ਼ਬਰਦਸਤ ਤਬਦੀਲੀ ਦੇਖਣ ਨੂੰ ਮਿਲੇਗੀ ਰਾਤ ਦੇ ਤਾਪਮਾਨ ਵਿੱਚ 2 ਡਿਗਰੀ ਦਾ ਬਦਲਾਅ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਹੋਰ ਠੰਡਾ ਹੋਊਗਾ 14 ਦਸੰਬਰ ਤੱਕ ਯਾਨੀ ਕਿ ਕੱਲ ਤੱਕ ਪੂਰੇ ਪੰਜਾਬ ਦੇ ਵਿੱਚ ਧੁੰਦ ਦੇ ਨਾਲ ਨਾਲ yellow alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਮੁਤਾਬਕ ਮਾਝਾ ਮਾਲਵਾ ਦੁਆਬਾ ਤਿੰਨੇ ਖਿੱਤਿਆਂ ਦੇ ਵਿੱਚ ਧੁੰਦ ਪਵੇਗੀ ਜ ਜਿਹੇ ਵਿੱਚ ਟ੍ਰੈਫਿਕ ਪੁਲਿਸ ਨੇ ਵੀ ਲੋਕਾਂ ਨੂੰ ਸੜਕ ਤੇ ਡਰਾਈਵਿੰਗ ਦੌਰਾਨ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਨੇ ਰਾਤ ਦੀ ਠੰਡ ਤੋਂ ਬਾਅਦ ਲੋਕਾਂ ਨੂੰ ਦਿਨ ਦੀ ਧੁੱਪ ਜ਼ਰੂਰ ਰਾਹਤ ਦੇਵੇਗੀ ਯਾਨੀ ਕਿ ਮੀਂਹ ਦੀ ਸੰਭਾਵਨਾ ਨਹੀਂ ਹੈ ਦਿਨੇ ਧੁੱਪ ਵੀ ਨਿਕਲਿਆ ਕਰੋਗੀ ਮੌਸਮ ਵਿਭਾਗ ਦੇ ਅੰਕੜਿਆਂ ਦੇ ਮੁਤਾਬਿਕ ਪੰਜਾਬ ਦੇ ਕੁਝ ਸ਼ਹਿਰਾਂ ਦਾ ਤਾਪਮਾਨ ਅੱਜ 5 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਜਲੰਧਰ ਦਾ ਤਾਪਮਾਨ ਸਭ ਤੋਂ ਘੱਟ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਲੰਘੇ ਦਿਨ ਦੇ ਮੁਕਾਬਲੇ 3.3 ਡਿਗਰੀ ਘੱਟ ਰਿਹਾ ਹੈ ਪੱਛਮੀ ਗੜਬੜੀ ਦਾ ਅਸਰ ਹਿਮਾਚਲ ਦੇ ਵਿੱਚ ਵੇਖਣ ਨੂੰ ਮਿਲਿਆ ਕਿ ਨੌਰ ਦੇ ਵਿੱਚ ਦੁਪਹਿਰੇ ਵਰਖਵਾੜੀ ਸ਼ੁਰੂ ਹੋ ਗਈ ਪਹਾੜ ਮੋੜ ਤੋਂ ਚਿੱਟੀ ਚਾਦਰ ਵਾਂਗ ਸਫੇਦ ਹੋ ਗਏ ਨੇ ਜਿਸ ਤੋਂ ਬਾਅਦ ਠੰਡ ਵੱਧ ਗਈ ਹੈ ਸਵੇਰੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਨੇ ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਗੜਬੜੀ ਦੀ ਵਜ੍ਹਾ ਕਰਕੇ ਰਾਤ ਤੋਂ ਹੀ ਲਾਹੌਲ ਸਪਤਿ ਕਿਨੌਰ ਚੰਬਾ ਮੰਡੀ ਤੇ ਕਾਂਗੜਾ ਦੇ ਉੱਚੇ ਇਲਾਕਿਆਂ ਦੇ ਵਿੱਚ ਮੀਂਹ ਦੇ ਨਾਲ-ਨਾਲ ਬਰਫਬਾਰੀ ਹੋ ਰਹੀ ਹੈ ਹਾਲਾਂਕਿ ਕੱਲ ਤੋਂ ਅਗਲੇ 3 ਦਿਨ ਤੱਕ ਮੌਸਮ ਸਾਫ਼ ਰਹੇਗਾ ਇਥੇ ਮੌਸਮ ਵਿਭਾਗ ਨੇ 19 ਦਸੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਤੇ ਪਹਾੜਾਂ ਦੇ ਵਿੱਚ ਜਿਹੜੀ ਬਰਫ਼ ਪੈ ਰਹੀ ਹੈ ਮੀਂਹ ਪੈ ਰਿਹਾ ਉਸ ਦਾ ਹੀ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅੱਜ ਦੀ ਸਭ ਤੋਂ ਵੱਡੀ ਖ਼ਬਰ ਤੁਹਾਨੂੰ ਦੱਸਦੇ ਨੇ ਹਾਂ ਕਿ ਭਾਰਤੀ ਸੰਸਦ ਵਿੱਚ 2001 ਛੋਏ ਹਮਲੇ ਦੀ ਵਰਸੀ ਦੇ ਪੂਰੇ 22 ਸਾਲਾਂ ਬਾਅਦ ਅੱਜ ਫੇਰ ਇੱਕ ਘਟਨਾ ਵਾਪਰੀ ਦਰਸ਼ਕ ਗੈਲਰੀ 'ਚ ਬੈਠੇ ਦੋ ਵਿਅਕਤੀਆਂ ਨੇ ਚੱਲਦੇ ਸੈਸ਼ਨ ਦੇ ਵਿੱਚ ਛਾਲ ਮਾਰ ਦਿੱਤੀ ਤੇ ਕਾਰਵਾਈ ਦੇ ਵਿੱਚ ਵਿਘਨ ਪੈ ਗਿਆ ਅੱਜ ਭਾਰਤ ਦੀ ਪਾਰਲੀਮੈਂਟ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਇਸ ਘਟਨਾ ਤੋਂ ਬਾਅਦ ਸਵਾਲ ਉੱਠੇ ਨੇ ਦੋ ਨੌਜਵਾਨਾਂ ਨੇ ਲੋਕ ਸਭਾ ਦੀ ਕਾਰਵਾਈ ਦੌਰਾਨ ਮਹਿਮਾਨ ਗੈਲਰੀ 'ਚ ਬੈਠੇ ਬੈਠਿਆਂ ਨੇ ਇੱਕਦਮ ਛਾਲ ਮਾਰ ਦਿੱਤੀ ਇੱਕ ਸਪੀਕਰ ਦੀ ਕੁਰਸੀ ਵੱਲ ਭੱਜਿਆ ਪਰ ਜਿਹੜੇ ਸੰਸਦ ਸੀਗੇ ਅੰਦਰ ਐਮਪੀ ਸੀਗੇ ਉਹਨਾਂ ਨੇ ਉਹਨੂੰ ਫੜ ਲਿਆ ਦੂਜਾ ਲੋਕ ਸਭਾ ਦੇ ਬੈਂਚ ਤੇ ਛਾਲਾ ਮਾਰ ਕੇ ਅੱਗੇ-ਅੱਗੇ ਵਧਣ ਲੱਗਿਆ ਤਾਂ ਵੀ ਲੋਕ ਸਭਾ ਦੇ ਐਮਪੀਜ਼ ਨੇ ਘੇਰਾ ਪਾ ਲਿਆ ਪੂਰੀ ਹਫੜਾ-ਦਫੜੀ ਪੂਰੇ ਸਦਨ ਦੇ ਵਿੱਚ ਮੱਚ ਗਈ ਸੀ ਹੜਬੜਾਹਟ ਦੇ ਵਿੱਚ ਸਦਨ ਨੂੰ ਸਮਾਪਤ ਕਰਨ ਦਾ Jangan lupa like, share dan subscribe channel ini untuk mendapatkan maklumat terkini. ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਜਦੋਂ ਇਹ ਸਭ ਕੁਝ ਵਾਪਰ ਰਿਹਾ ਸੀ ਤਾਂ ਬੂਟ ਦੇ ਵਿੱਚੋਂ ਕਲਰ ਸਮੋਕ ਕੱਢ ਕੇ ਇੱਕ ਜਣੇ ਨੇ ਸਦਨ ਨੂੰ ਧੂਆਂ ਧਾਰ ਕਰ ਦਿੱਤਾ ਫੜੇ ਜਾਣ ਦੇ ਬਾਅਦ ਵੀ ਦੋਵੇਂ ਨੌਜਵਾਨ ਤਾਨਾਸ਼ਾਹੀ ਬੰਦ ਕਰੋ ਦੇ ਨਾਰੇ ਲਾ ਰਹੇ ਸਨ ਦੋਨਾਂ ਕੋਲ ਵਿਜ਼ਿਟਰ ਪਾਸ ਸਨ ਯਾਨੀ ਕਿ ਸਦਨ ਦੇ ਅੰਦਰ ਉਹ ਐਵੇਂ ਹੀ ਨਹੀਂ ਆ ਗਏ ਕਿਤੇ ਹਵਾ ਚ ਉੱਡ ਕੇ ਨਹੀਂ ਆ ਗਏ ਸਦਨ ਦੇ ਅੰਦਰ ਚਾਹੇ ਉਹ ਵਿਧਾਨ ਸਭਾਵਾਂ ਦੇ ਸਦਨ ਹੋਣ ਜਾਂ ਫਿਰ ਲੋਕ ਸਭਾ ਰਾਜ ਸਭਾ ਉੱਥੇ ਇੱਕ ਵਿਜ਼ਿਟਰ ਗੈਲਰੀ ਹੁੰਦੀ ਹੈ ਮਹਿਮਾਨ ਗੈਲਰੀ ਹੁੰਦੀ ਹੈ ਜਿਦੇ ਵਿੱਚ ਰੋਜ਼ਾਨਾ ਕੁਝ ਮਹਿਮਾਨਾਂ ਨੂੰ ਚੁਣਿਆ ਜਾਂਦਾ ਹੈ ਕਦੇ ਉਹ ਸਕੂਲ ਦੇ ਬੱਚੇ ਹੁੰਦੇ ਨੇ ਕਦੇ ਆਮ ਨੌਜਵਾਨ ਹੁੰਦੇ ਨੇ ਕਦੇ ਉਹ ਐਮਪੀਜ਼ ਦੇ ਜਾਂ ਵਿਧਾਇਕਾਂ ਦੇ ਰਿਸ਼ਤੇਦਾਰ ਹੁੰਦੇ ਨੇ ਸੋ ਉਸ ਗੈਲਰੀ ਦੇ ਵਿੱਚ ਇਹ ਨੌਜਵਾਨ ਬੈਠੇ ਹੋਏ ਸਨ ਤੇ ਪ੍ਰੋਪਰ ਇਹ ਵਿਜ਼ਿਟਰ ਪਾਸ ਲੈ ਕੇ ਅੰਦਰ ਇਹਨਾਂ ਨੇ ਵਾਕਾਇਦਾ ਤੌਰ ਤੇ ਐਂਟਰੀ ਮਾਰੀ ਸੀ ਖਬਰ ਸਾਹਮਣੇ ਆ ਰਹੀ ਹੈ ਕਿ ਕੁੱਲ 4 ਲੋਕ ਸਨ ਇਹਨਾਂ ਦੇ ਗਰੁੱਪ ਚ ਦੋ ਪਾਰਲੀਮੈਂਟ ਦੇ ਅੰਦਰ ਗਏ ਦੋ ਬਾਹਰ ਹੀ ਖੜੇ ਸਨ ਸਦਨ ਦੇ ਬਾਹਰ ਜਿਹੜੇ ਦੋ ਸਾਥੀ ਸਨ ਉਹਨਾਂ ਦੇ ਵਿੱਚ ਇੱਕ ਮਹਿਲਾ ਤੇ ਇੱਕ ਕਪੋਰਸ਼ੀ ਇਹਨਾਂ ਦੋਵਾਂ ਨੇ ਪੀਲੇ ਰੰਗ ਦਾ ਧੂਆਂ ਛੱਡਿਆ ਸੀ ਬਾਹਰ ਪੀਲੇ ਰੰਗ ਦਾ ਅੰਦਰ ਚਿੱਟੇ ਰੰਗ ਦਾ ਪੁਲਿਸ ਨੇ ਜਦੋਂ ਔਰਤ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਵੀ ਤਾਨਾ ਸ਼ਾਹੀ ਨਹੀਂ ਚਲੇਗੀ ਦੇ ਨਾਰੇ ਲਾ ਰਹੀ ਸੀ ਇਸ ਸਾਰੇ ਘਟਨਾਕਰਮ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਸੀ ਇਤਫਾਕ ਦੀ ਗੱਲ ਹੈ ਕਿ ਅੱਜ ਹੀ ਪਾਰਲੀਮੈਂਟ ਦੇ ਵਿੱਚ 2001 ਨੂੰ ਹੋਏ دہشتਗਰਦੀ ਹਮਲੇ ਦੀ 22ਵੀਂ ਵਰ੍ਹੇ ਸੀ ਵੀ ਹੈ ਲੋਕ ਸਭਾ ਦੇ ਵਿੱਚ ਜਿਸ ਵਕਤ ਦੋਵੇਂ ਨੌਜਵਾਨਾਂ ਨੇ ਛਾਲ ਮਾਰੀ ਉਹਨਾਂ ਨੂੰ ਫੜਨ ਦੇ ਵਿੱਚ ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਔਜਲਾ ਦਾ ਵੱਡਾ ਰੋਲ ਰਿਹਾ ਉਹਨਾਂ ਨੇ ਖੁਦ ਦੱਸਿਆ ਕਿ ਜਦੋਂ ਜ਼ੀਰੋ ਆਵਰ ਖਤਮ ਹੋਣ ਲੱਗਿਆ ਸੀ ਉਸ ਵਕਤ ਕੀ ਕੀ ਹੋਇਆ ਤੇ ਕਿਵੇਂ ਉਹਨਾਂ ਨੇ ਦੋਵਾਂ ਨੂੰ ਦਬੋਚਿਆ ਬਿਲਕੁਲ ਸਰ ਜਬ ਉਹ ਉੱਪਰੋਂ ਸੇ ਕੂਦੇ ਹਨ ਤਾਂ ਅਸੀਂ ਅੱਗੇ ਬੈਠੇ ਹੋਤੇ ਜ਼ੀਰੋ ਆਵਰ ਦਾ ਲਾਸਟ ਟਾਈਮ ਥਾ ਤੋ ਥੋੜਾ ਹੱਲਾ ਗੁਲਾ ਉੱਪਰੋਂ ਸੇ ਆਇਆ ਤਾਂ ਅਸੀਂ ਨੇ ਧਿਆਨ ਦਿਆ ਇੱਕ ਆਦਮੀ ਪਹਿਲੇ ਕੂਤ ਗਿਆ ਇੱਕ ਦੂਸਰਾ ਵੀ ਕੂਦ ਰਹਾ ਥਾ तो जो पहले कूद गया वो ऊपर से स्पीकर की तरफ बढ़ रहा था और वो हल्ला गुल्ला कर रहा था वो उसने जूता उतारना शुरू किया जूते में कोई चीज थी तो जब उसने शुरू किया उसको वो पकड़ा गया बैनीवाल थे उन्होंने उनके उन्हों जब पास पहुंचा उन्होंने पकड़ लिया तो फिर मैंने मेरे को था कि एक दूसरा भी है पीछे जब हम वहां तक पहुंचे तो उसने वो बम्प टाइप था कुछ स्मोक सा निकल रहा था ये पीले रंग का बहुत धुआं था ये बिल्कुल वही लगा है उसी को मैंने फिर पकड़ के उसको शीन के बाहर बाहर तक फेंकने शुरू किया ताकि वो एक पता नहीं लग रहा था क्या है तो लेकिन ਸਭ ਦੀ ਸੁਰੱਖਿਆ ਦਾ ਮਾਮਲਾ ਸੀ ਤਾਂ ਫਿਰ ਓਤਨੀ ਦੇਰ ਕੋ ਸਭ ਲੋਕ ਆ ਗਏ ਔਰ ਉਹਨਾਂ ਨੇ ਪਕੜਾ ਅਬ ਇਨਕ ਸਿਕਿਉਰਟੀ ਗਏ ਆਜਲਾ ਨੇ ਕਿਹਾ ਇਹ ਵੱਡੀ ਲਾਪਰਵਾਹੀ ਹੈ ਪ੍ਰਧਾਨ ਮੰਤਰੀ ਨੂੰ ਇਸ ਘਟਨਾ ਤੇ ਬਿਆਨ ਦੇਣਾ ਚਾਹੀਦਾ ਹੈ ਪਾਰਲੀਮੈਂਟ ਆਉਣ ਦਾ ਰਸਤਾ ਕਹਿੰਦੇ ਇੱਕੋ ਹੀ ਹੈ ਬੈਠਣ ਦੀ ਥਾਂ ਵੀ ਇੱਕ ਹੈ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਕਿਵੇਂ ਆਖਰਕਾਰ ਐਡੀ ਵੱਡੀ ਘਟਨਾ ਵਾਪਰ ਗਈ ਇਸੇ ਬੜਾ ਸਿਕਿਉਰਟੀ ਚੁੱਕਿਆ ਨਹੀਂ ਹੈ ਬਹੁਤ ਬੜਾ ਸਿਕਿਉਰਟੀ ਚੁੱਕਿਆ ਕਿਉਂਕਿ ਜਬਸੇ ਇਹ ਨਿਆ ਪਾਰਲੀਮੈਂਟ ਬਣਾਇਆ ਹੈ ਇਸਕਾ ਇਹ ਪ੍ਰੋਬਲਮ ਆ ਰਹਾ ਹੈ ਆਨੇ ਜਾਣੇ ਦਾ ਰਸਤਾ ਇੱਕ ਹੀ ਹੈ ਕੋਈ ਵੀ ਪਾਰਲੀਮੈਂਟ ਮੇ ਜਾ ਰਹਾ ਹੈ ਕੰਟੀਨ ਵਿੱਚ ਸਭ ਇਕੱਠੇ ਬੈਠ ਰਹੇ ਉਹ ਥੋੜਾ ਸਾਹ ਸੈਪਰੇਟ ਚਾਹੀਏ ਪੁਰਾਣਾ ਪਾਰਲੀਮੈਂਟ تھا ਜੀ ਇਹ ਸਭ ਚੀਜ਼ਾਂ ਅਲੱਗ-ਅਲੱਗ ਸੀ ਮਹਤਾ ਕੋ ਪਹੁੰਚਣੇ ਕੋ 10 ਬਾਰ ਸੋਚਦਾ ਸੀ ਲੇਕਿਨ ਇਹ ਬਹੁਤ ਵੱਡੀ ਸਿਕਿਉਰਿਟੀ ਚੁੱਕ ਹੋਈ ਹੈ ਪੰਜਾਬ ਕਾਂਗਰਸ ਦੇ ਇੱਕ ਹੋਰ ਐਮਪੀ ਜਸਵੀਰ ਸਿੰਘ ਡਿੰਪਾ ਨੇ ਵੀ ਇਸ ਨੂੰ ਗੰਭੀਰ ਮਾਮਲਾ ਦੱਸਦਿਆਂ ਕਿ ਹਾਂ ਕਿ ਪਾਰਲੀਮੈਂਟ ਤੇ ਇਸੇ ਦਿਨ 22 ਸਾਲ ਪਹਿਲਾਂ ਵੀ ਹਮਲਾ ਹੋਇਆ ਸੀ ਤੇ ਮੋੜ ਤੋਂ ਸੁਰੱਖਿਆ ਦੇ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਕਾਂਗਰਸ ਦੇ ਇੱਕ ਹੋਰ ਐਮਪੀ ਅਮਰ ਸਿੰਘ ਨੇ ਦੱਸਿਆ ਕਿ ਜਿਸ ਵਕਤ ਨੌਜਵਾਨ ਨੇ ਛਾਲ ਮਾਰੀ ਅਸੀਂ ਸਾਰੇ ਡਰ ਗਏ ਫਿਰ ਸਾਰਿਆਂ ਨੇ ਰਲ ਕੇ ਇਹਨਾਂ ਦੋਵਾਂ ਨੂੰ ਫੜ ਲਿਆ ਤੇ ਸੁਰੱਖਿਆ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ ਉਹ ਜੋ ਹਮਾਰੇ ਟੇਬਲ ਤੇ ਹੈ ਉਸ ਨੂੰ ਕਰਾਸ ਕਰਾਸ ਕਰ ਰਹਾ ਹੈ ਟੂ ਵੀਵਰ ਆ ਟਰੈਂਡਿੰਗ ਤੋਂ ਉਹ ਉਹ تھوڑی دیر میں وہ دھواں نکلنے لگا ਸੋ ਦੈਨ ਵੀ ਵਨ ਆਰ ਅਫਰੇਡ ਹਮ ਸਭ ਡਰ ਗਏ ਤਾਂ ਫਿਰ ਕੁਝ ਐਮਪੀਜ਼ ਨੇ ਉਹਨੂੰ ਪਕੜਾ ਦਬਾਇਆ ਅਤੇ ਫਿਰ ਪਕੜ ਕੇ ਸਿਕਿਉਰਿਟੀ ਕੋ ਦੇ ਦਿਆ ਪੁਲਿਸ ਨੇ ਉਹਨੂੰ ਪਕੜ ਕੇ ਪੁਲਿਸ ਕੇ ਹਵਾਲੇ ਕਰ ਦਿਆ ਅਤੇ ਹੁਣ ਜਾਂਚ ਹੋਗੀ ਜੋ ਵੀ ਇਹ ਇੱਕ ਗੰਭੀਰ ਵਿਸ਼ਾ ਕਾਂਗਰਸ ਦੇ ਐਮਪੀ ਕੀਤੀ ਚਦਬਰਮ ਨੇ ਕਿਹਾ ਕਿ ਛਾਲ ਮਾਰਨ ਵਾਲੇ ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਸੀ ਇਹਨਾਂ ਲੋਕਾਂ ਦੇ ਕੋਲ ਕਨਸਤਰ ਸੀ ਇਹਨਾਂ ਦੇ ਵਿੱਚੋਂ ਹੀ ਪੀਲੇ ਰੰਗ ਦੀ ਗੈਸ ਨਿਕਲ ਰਹੀ ਸੀ ਦੋਵਾਂ ਵਿੱਚੋਂ ਇੱਕ ਸ਼ਖਸ ਸਪੀਕਰ ਦੀ ਕੁਰਸੀ ਦੇ ਸਾਹਮਣੇ ਪਹੁੰਚ ਗਿਆ ਸੀ ਨਾਰੇ ਲਾ ਰਹੇ ਸਨ ਸ਼ੱਕ ਜਤਾਇ ਜਾਰ ਹੈ ਕਿ ਜ਼ਹਿਰੀਲੀ ਗੈਸ ਵੀ ਹੋ ਸਕਦੀ ਸੀ ਸੋ ਜਿੰਨੇ ਵੀ ਐਮਪੀ ਬਾਹਰ ਆਏ ਨੇ ਉਹਨਾਂ ਦੇ ਵਿੱਚੋਂ ਜਿਨ੍ਹਾਂ ਜਿਨ੍ਹਾਂ ਜੋ ਜੋ ਕੁਝ ਆਪਣੀ ਅੱਖਾਂ ਨਾਲ ਦੇਖਿਆ ਉਹ ਸਾਰੇ মিডিਆ ਨੂੰ ਦੱਸ ਰਹੇ ਸੀ ਸੋ ਨੌਜਵਾਨਾਂ ਵੱਲੋਂ ਸਮੋਗ ਸੁੱਟਣ ਦੀ ਘਟਨਾ ਤੋਂ ਬਾਅਦ ਲੋਕ ਸਭਾ ਥੋੜੇ ਸਮੇਂ ਦੇ ਲਈ ਮੌਲਤਵੀ ਕੀਤੀ ਗਈ ਜਦੋਂ ਮੁਰਤੋਂ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਲੀਡਰ ਅਧਿਰੰਚਨ ਚੌਧਰੀ ਨੇ ਇਸ ਨੂੰ ਗੰਭੀਰ ਘਟਨਾ ਦੱਸਦਿਆਂ ਜਾਂਚ ਦੀ ਮੰਗ ਕੀਤੀ ਸਵਾਲ ਵਿੱਚ ਚੁੱਕਿਆ ਕਿ ਜਦੋਂ ਦੋ ਨੌਜਵਾਨਾਂ ਨੇ ਛਾਲ ਮਾਰੀ ਤਾਂ ਲੋਕ ਸਭਾ ਦੇ ਅੰਦਰ ਸੁਰੱਖਿਆ ਮੁਲਾਜ਼ਮ ਆਖਰ ਕਿੱਥੇ ਸਨ ਇਹ ਤਾਂ ਕਹਿੰਦੇ ਸਾਰੇ ਸੰਸਦਾਂ ਨੇ ਹਿੰਮਤ ਵਿਖਾਈ ਤਾਂ ਉਹਨਾਂ ਨੂੰ ਫੜ ਲਿਆ ਇਸ ਤੋਂ ਬਾਅਦ ਸਪੀਕਰ ਓਮ ਮਿਰਲਾ ਨੇ ਕਿਹਾ ਕਿ ਮੈਂ ਸੱਤਾ ਤੇ ਵਿਰੋਧੀ ਪੱਖ ਦੇ ਸਵਾਲਾਂ ਦੀ ਗੰਭੀਰਤਾ ਨੂੰ ਸਮਝਦਾ ਹਾਂ ਓਪਨ ਹਾਊਸ ਦੇ ਵਿੱਚ ਇਸ ਦੀ ਚਰਚਾ ਠੀਕ

मौजूदा सुरक्षा व्यवस्था की भी व्यापक समीक्षा की जाएगी ऐसा सभी मान्य दलों के नेताओं ने संसद सदस्यों ने भी आग्रह किया है और सुरक्षा व्यवस्था को और क्या क्या सुधार हो सकता है उसकी भी सभी दलों के नेताओं के सुझाव पर उस सुरक्षा को पुख्ता की जाएगी ਤੇ ਇੱਕ ਖਬਰ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੇ ਇਹ ਦੋਵੇਂ ਸ਼ਖਸ ਅੰਦਰ ਆਏ ਸਨ ਦੋਵੇਂ ਨੌਜਵਾਨ ਵਿਜ਼ਟਰ ਪਾਸ ਦੇ ਅੰਦਰ ਗਏ ਸਨ ਉਹ ਇਹਨਾਂ ਨੂੰ ਬੀਜੇਪੀ ਦੇ ਇੱਕ ਸੰਸਦ ਨੇ ਮੁਹੱਈਆ ਕਰਵਾਇਆ ਸੀ ਸ਼ਾਇਦ ਇਸੇ ਕਰਕੇ ਸਪੀਕਰ ਓਮ ਵਿਰਲਾ ਦਾ ਜਿਹੜਾ ਬਿਆਨ ਹੈ ਕਿ ਇਸ ਮਾਮਲੇ ਨੂੰ ਬਹੁਤਾ ਤੂਲ ਨਾ ਦਿੱਤਾ ਜਾਵੇ ਇਹ ਕਿ ਤਰ੍ਹਾਂ ਕਿਤੇ ਕਨੈਕਟ ਹੁੰਦਾ ਦਿਖਾਈ ਦਿੰਦਾ ਹੈ ਕਿ ਬੀਜੇਪੀ ਦੇ ਸੰਸਦ ਦੇ ਜ਼ਰੀਏ ਇਹ ਵਿਜ਼ਟਰ ਗੈਲਰੀ ਦੇ ਵਿੱਚ ਦਾਖਲ ਹੋਏ ਸੀ ਕਿਉਂਕਿ ਕੁਝ ਨਾ ਕੁਝ ਰੈਫਰੈਂਸ ਹੈ ਜਿਹੜਾ ਉਹ ਜ਼ਰੂਰ ਦੇਣਾ ਪੈਂਦਾ ਜਿੱਦਸੀ ਮਹਿਮਾਨ ਗੈਲਰੀ ਦੇ ਵਿੱਚ ਜਾ ਕੇ ਬੈਠ ਕੇ ਸਭਾ ਦੀ ਕਾਰਵਾਈ ਦੇਖਣੀ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੇ ਸੰਸਦ ਦੀ ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ 'ਟ' ਗ੍ਰਿਫਤਾਰ ਕੀਤੇ ਚਾਰੇ ਜਾਣਿਆਂ ਤੋਂ ਪੁੱਛਗਿੱਛ ਕੀਤੀ ਹੈ ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਆਡੀਟੋਰੀਅਮ 'ਚੋਂ ਛਾਲ ਮਾਰਨ ਵਾਲਿਆਂ ਦੇ ਨਾਮ ਸਾਗਰ ਸ਼ਰਮਾ ਤੇ ਮਨੋਰੰਜਨ ਸ਼ਰਮਾ ਨੇ ਸਾਗਰ ਸ਼ਰਮਾ ਮੈਸੂਰ ਦਾ ਰਹਿਣ ਵਾਲਾ ਹੈ ਬੰਗਲੌਰ ਦੀ ਕ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਕਰ ਰਿਹਾ ਹੈ ਤੇ ਦੂਸਰਾ ਜਿਹੜਾ ਮਨੋਰੰਜਨ ਹੈ ਉਹ ਵੀ ਮੈਸੂਰ ਦਾ ਹੀ ਰਹਿਣ ਵਾਲਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਦੇ ਫੋਨ ਜ਼ਬਤ ਕਰ ਲਏ ਗਏ ਨੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਜਥੇਬੰਦੀ ਨਾਲ ਜੁੜੇ ਹੋਏ ਨੇ ਇਹ ਲੈਨੇ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀ ਨੇ ਏਐਨਆਈ ਨੂੰ ਦੱਸਿਆ ਕਿ ਵਿਜ਼ਟਰ ਗੈਲਰੀ ਵਿੱਚ ਪਹੁੰਚਣ ਤੋਂ ਪਹਿਲਾਂ ਉਹ ਸਾਰੀਆਂ ਚੌਂਕੀਆਂ ਦੇ ਵਿੱਚੋਂ ਲੰਘਿਆ ਸੀ ਜਿੱਥੋਂ-ਜਿੱਥੋਂ ਵੀ ਲੰਘਿਆ ਸੀ ਉਤੋਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਉਹਨਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਲੋਕਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਆਈਬੀ ਅਤੇ ਸਥਾਨਕ ਪੁਲਿਸ ਦੀ ਟੀਮ ਉਹਨਾਂ ਦੇ ਘਰੇ ਵੀ ਪਹੁੰਚ ਗਈ ਹੈ ਪਿਛਲੇ ਦਿਨੀ ਭਾਰਤ ਦੇ ਵਿੱਚ ਪਾਬੰਦੀਸ਼ੁਦਾ ਜਥੇਬੰਦੀ ਸਿਕਸਵਾਡ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀ 13 ਦਸੰਬਰ ਨੂੰ ਪਾਰਲੀਮੈਂਟ ਦੇ ਉੱਤੇ ਹਮਲੇ ਦੀ ਬਰਸੀ ਮੌਕੇ ਨਵੀਂ ਪਾਰਲੀਮੈਂਟ ਦੀ ਨੀ ਹਿਲਾਉਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਪਹਿਲਾਂ ਤੋਂ ਹੀ ਅਲਰਟ ਤੇ ਸਨ ਸੁਰੱਖਿਆ ਸੰਸਦ ਦੀ ਵਧਾਈ ਹੋਈ ਸੀ ਇਸ ਦੇ ਬਾਵਜੂਦ ਦੋ ਨੌਜਵਾਨ ਭਾਵੇਂ ਮਹਿਮਾਨ ਗੈਲਰੀ ਚੋਂ ਉੱਠ ਕੇ ਉਹਨਾਂ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਪਰ ਫਿਰ ਵੀ ਇੱਕ ਵੱਡੀ ਲਾਪਰਵਾਹੀ ਮੰਨੀ ਜਾ ਰਹੀ ਹੈ ਹਾਲਾਂਕਿ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਕੋਈ ਹੱਥ ਸਾਹਮਣੇ ਨਹੀਂ ਆਇਆ ਤੇ ਨਾ ਹੀ ਪੰਨੂ ਦੇ ਵੱਲੋਂ ਕੋਈ ਬਿਆਨ ਹੀ ਹਾਲੇ ਤੱਕ ਦਿੱਤਾ ਗਿਆ ਹੈ ਤੇ ਪਿਛਲੇ ਦਿਨੀ ਭਾਰਤੀ ਵਿਦੇਸ਼ ਮੰਤਰਾਲੇ ਵੀ ਪੰਨੂ ਦੀ ਇਸ ਕਥਿਤ ਧਮਕੀ ਨੂੰ ਸਿਰਫ ਤੇ ਸਿਰਫ ਮਸ਼ਹੂਰ ਹੋਣ ਲਈ ਦਿੱਤਾ ਗਿਆ ਬਿਆਨ ਦੱਸਿਆ ਸੀ ਸੈਂਟਰ ਸਰਕਾਰ ਦੇ ਵੱਲੋਂ ਆਰਡੀਐਫ ਫੰਡ ਅਤੇ ਸਿਹਤ ਫੰਡ ਰੋਕੇ ਜਾਣ ਤੋਂ ਬਾਅਦ ਹੁਣ ਪੰਜਾਬ ਨੂੰ ਇੱਕ ਹੋਰ ਝਟਕਾ ਲੱਗਿਆ ਹੈ ਨਸ਼ਿਆਂ ਦੀ ਮਾਰ ਵੱਡੇ ਪੱਧਰ ਤੇ ਚੱਲ ਰਹੇ ਪੰਜਾਬ ਨੂੰ ਕੇਂਦਰ ਤੋਂ ਇਸ ਮਸਲੇ ਦੇ ਵਿੱਚ ਵੀ ਲੋੜਿੰਦੀ ਮਦਦ ਨਹੀਂ ਮਿਲ ਰਹੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਸ਼ਾ ਛਡਾਊ ਪ੍ਰੋਗਰਾਮ ਤਹਿਤ ਇਸ ਵਿੱਤੀ ਸਾਲ ਦੌਰਾਨ ਸਿਵਲ ਹਸਪਤਾਲ ਬਠਿੰਡਾ ਤੇ ਸਿਵਲ ਹਸਪਤਾਲ ਕਪੂਰਥਲਾ ਨੂੰ 17-17 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ ਜਦਕਿ ਦੂਸਰੇ ਪਾਸੇ ਚੰਡੀਗੜ੍ਹ ਦੇ ਪੀਜੀਆ ਨੂੰ 7 ਕਰੋੜ ਰੁਪਏ ਮਿਲੇ ਨੇ ਰਾਜ ਸਭਾ ਦੇ ਵਿੱਚ ਪੇਸ਼ ਕੀਤੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਵਿੱਚ 2021-2020-21 ਦੇ ਵਿੱਚ ਪਜੀ ਤੋਂ ਆਏ ਮਰੀਜ਼ਾਂ ਦੀ ਗਿਣਤੀ ਦੁੱਗਣੀ ਸੀ ਯਾਨੀ ਕਿ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੇ ਬਾਵਜੂਦ ਵੀ ਗ੍ਰਾਂਟ ਦੇ ਵਿੱਚ ਬਹੁਤ ਵੱਡਾ ਵਿਤਕਰਾ ਹੈ ਇੱਕ ਪਾਸੇ 17 ਲੱਖ ਦੂਜੇ ਪਾਸੇ 7 ਕਰੋੜ ਬਾਕੀ ਤਿੰਨ ਸਾਲਾਂ ਦੇ ਵਿੱਚ ਵੀ ਅੰਕੜੇ ਕਹਿੰਦੇ ਇਹੋ ਜਿਹੇ ਹੀ ਰਹੇ ਨੇ ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਇਹਨਾਂ ਦੋ ਹਸਪਤਾਲਾਂ ਨੂੰ ਕੁੱਲ 49 ਲੱਖ ਰੁਪਏ ਦਿੱਤੇ ਗਏ ਨੇ ਜਦਕਿ ਪਜੀ ਨੂੰ ਇਸ ਦੇ ਉਲਟ 5 ਸਾਲਾਂ ਦੇ ਵਿੱਚ 30.5 ਕਰੋੜ ਰੁਪਏ ਦਿੱਤੇ ਨੇ ਇਸ ਨੂੰ ਵੱਡਾ ਵਿਤਕਰਾ ਨਾ ਕਹੀਏ ਤਾਕੀਕੇ ਇਹ ਹੁਣ ਗੱਲ ਕਰਾਂਗੇ ਪੰਜਾਬ ਦੇ ਉਸ ਗੈਂਗਸਟਰ ਦੇ ਐਨਕਾਊਂਟਰ ਦੀ ਜਿਸ ਨੇ ਤਿੰਨ ਦਿਨਾਂ ਦੇ ਅੰਦਰ ਤਿੰਨ ਜਣੇ ਖਤਮ ਕਰ ਦਿੱਤੇ ਹੁਣ ਤੱਕ 6 ਲੋਕਾਂ ਨੂੰ ਮਾਰ ਚੁੱਕਿਆ ਚਾਰ ਲੋਕ ਉਸਦੇ ਨਿਸ਼ਾਨੇ ਤੇ ਸਨ ਟਾਰਗੇਟ ਕਿਲਿੰਗ ਦੇ ਵਿੱਚ ਵੱਡਾ ਨਾਂ ਬਣਾ ਚੁੱਕੇ ਗੈਂਗਸਟਰ ਤਰਨਜੀਤ ਸਿੰਘ ਉਰਫ ਜੱਸਾ ਹੈਪੋਵਾਲ ਨੂੰ ਨਵੰਬਰ ਦੇ ਵਿੱਚ ਏਜੀਟੀਐਫ ਯਾਨੀ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਗ੍ਰਿਫਤਾਰ ਕੀਤਾ ਸੀ ਪੁਲਿਸ ਉਸ ਨੂੰ ਬੁੱਧਵਾਰ ਨੂੰ ਜ਼ਿਲਕਪੁਰ ਦੇ ਵਿੱਚ ਰਾਦਾਈ ਕਤਲ ਦੇ ਕੇਸ ਵਿੱਚ ਪਿਸਤੌਲ ਬਰਾਮਦ ਕਰਨ ਦੇ ਲਈ ਲਿ ਜਾ ਰਹੀ ਸੀ ਪਰ ਉਹ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪੁਲਿਸ ਨੇ ਪਹਿਲਾਂ ਹਵਾ 'ਚ ਗੋਲੀਆਂ ਆ ਫਿਰ ਉਹਦੇ ਪੈਰ ਤੇ ਗੋਲੀ ਮਾਰਨੀ ਪਈ ਜ਼ਖਮੀ ਹਾਲਤ ਵਿੱਚ ਉਸ ਨੂੰ ਫੇਰ ਫੜ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਦੋ ਗੋਲੀਆਂ ਵੱਜੀਆਂ ਨੇ ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਐ ਏਟੀਐਫ ਦੇ ਅਧਿਕਾਰੀ ਸੰਦੀਪ ਗੋਲ ਨੇ ਦੱਸਿਆ ਕਿ ਨਵਾਂ ਸ਼ਹਿਰ ਦੇ ਰਹਿਣ ਵਾਲੇ ਜੱਸਾ ਹੈਪੋਵਾਲ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਤੇ ਸੋਨੀ ਖੱਤਰੀ ਦਾ ਕਰੀਬੀ ਸੀ ਇਸ ਫਾਇਰਿੰਗ ਦੇ ਦੌਰਾਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਅਤੇ ਸਵਾਲ ਜ਼ਰੂਰ ਉੱਠ ਰਿਹਾ ਹੈ ਕਿ ਜੱਸਾ ਹੈਪੋਵਾਲ ਦੇ ਕੋਲ ਜਦੋਂ ਕੋਈ ਹਥਿਆਰ ਨਹੀਂ ਸੀ ਪੁਲਿਸ ਮੁਲਾਜ਼ਮ ਕਿਵੇਂ ਜ਼ਖਮੀ ਹੋ ਗਿਆ ਫਾਇਰਿੰਗ ਜ਼ਿਰਪ ਜ਼ਿਰਖਪੁਰ ਦੇ ਪੀਰ ਮੁਛੱਲਾ ਦੇ ਵਿੱਚ ਸੋਇਏ ਅੱਜ ਮੈਂ ਤੁਹਾਨੂੰ ਇੱਕ ਗੱਲ ਬਰੀਫ ਕਰਨਾ ਚਾਹੁੰਦਾ ਕਿ ਅੱਜ ਪੁਲਿਸ ਦਾ ਇੱਕ ਐਕਸ਼ਨ ਹੋਇਆ ਜਿਸ ਦੇ ਵਿੱਚ ਇੱਕ ਜਿਹੜਾ ਟੈਟਰਡ ਗੈਂਗਸਟਰ ਸੀਗਾ ਆਪਣਾ ਕਰਨਜੀਤ ਸਿੰਘ ਇਲੀਜ ਜਸਾ ਹੈਪੋਬਲ ਉਹ ਪੁਲਿਸ ਐਕਸ਼ਨ ਦੇ ਵਿੱਚ ਇੰਜਰਡ ਹੋਇਆ ਹੈਗਾ ਇਸ ਦੀ ਪਿਸ਼ ਭੂਮੀ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ ਇਹ ਹੀ ਇਸ ਅ ਕਲੋਜ਼ ਐਸੋਸੀਏਟ ਹੈ ਬਹੁਤ ਨਜ਼ਦੀਕੀ ਦਾ ਸਾਥੀ ਹੈਗਾ ਸੋਨੂੰ ਖਤਰੀ ਦਾ ਜੋ ਕਿ ਟੈਰਰਿਸਟ ਹਰਵਿੰਦਰ ਰਿੰਡੇ ਦਾ ਬਹੁਤ ਨਾਲ ਉਹ ਮਿਲ ਕੇ ਜੁਰਮ ਨੂੰ ਅੰਜਾਮ ਦਿੰਦੇ ਨੇ ਐਨਡੀपीएस ਦਾ ਕੰਮ ਕਰਦੇ ਨੇ ਟਾਰਗੇਟ ਕਿਲਿੰਗਸ ਕਰਦੇ ਨੇ ਕੰਟਰੈਕਟ ਕਿਲਿੰਗਸ ਕਰਦੇ ਨੇ ਇਹ ਜਿਹੜਾ ਅੱਜ ਜਿਹਦੇ ਨਾਲ ਹੋਇਆ ਕਰਨਜੀਤ ਸਿੰਘ ਨਾਲ ਜਿਹੜਾ ਹੈਪੋਵਾਲਾ ਜਿਸਾ ਹੈਪੋਵਾਲ ਇਹ ਨਵਾਂ ਸ਼ਹਿਰ ਜ਼ਿਲ੍ਹੇਦਾਰ ਰਹਿਣ ਵਾਲਾ ਹੈ ਇਸਨੇ ਫਰਵਰੀ 2021 ਤੋਂ ਲੈ ਕੇ ਹੁਣ ਤੱਕ 6 ਮਰਡਰ ਕੀਤੇ ਨੇ ਔਰ ਇਹ ਤੁਹਾਨੂੰ ਯਾਦ ਹੋਵੇ ਤਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਹੀ ਇਸਨੇ 3 ਮਰਡਰ 3 ਦਿਨਾਂ ਦੇ ਅੰਦਰ ਅੰਦਰ ਕੀਤੇ ਸੀ ਇੱਕ ਜਿਹੜਾ ਜਲੰਧਰ ਰੂਲਰ ਦੇ ਏਰੀਆ ਵਿੱਚ ਇੱਕ ਮਾਂ ਤੇ ਉਸਦੀ ਕੁੜੀ ਦਾ ਕੀਤਾ ਸੀਗਾ ਇਹਦੇ ਤੋਂ ਇੰਦਰ ਨੂੰ ਮੈਂ ਲੈ ਕੇ ਜਾਣਾ ਕਿ ਜੁਲਾਈ ਦੇ ਮਹੀਨੇ ਅਧਿਕਾਰੀ ਸੰਦੀਪ ਗੋਲ ਨੇ ਤਾਂ 7 ਜੁਲਾਈ ਦੇ ਵਿੱਚ ਜੱਸਾ ਹੈਪੋਵਾਲ ਨੇ ਇੱਕ ਸ਼ਖਸ ਤੇ ਹਮਲਾ ਕੀਤਾ ਸੀ ਇੱਕ ਵਿਅਕਤੀ ਨੂੰ ਸ਼ੱਕ ਸੀ ਕਿ ਦੂਜੇ ਨਾਲ ਉਸਦੀ ਪਤਨੀ ਦੇ ਨਜਾਇਜ਼ ਸਬੰਧ ਸਨ ਉਸਨੇ ਸੋਨੂ ਖੱਤਰੀ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਖੱਤਰੀ ਦੇ ਕਹਿਣ ਤੇ ਜੱਸਾ ਹੈਪੋਵਾਲ ਨੇ ਉਸ ਤੇ ਹਮਲਾ ਕੀਤਾ ਇਧਰ ਜਿਹੜਾ ਇੱਕ ਇਹਦੇ ਵਿੱਚ ਇੱਕ ਬੰਦਾ ਫਿਗਰ ਹੋਇਆ ਜੱਸਾ ਮਨਨੋਵਾਲ ਜੱਸਾ ਮਨਨੋਵਾਲ ਇਹ ਸ਼ੱਕ ਕਰਦਾ ਸੀ ਕਿ ਉਸਦੇ ਵਾਈਫ ਦੇ ਇੰਦਰ ਨਾਲ ਇਲੀਜੀਟ ਰਿਲੇਸ਼ਨ ਹੈ ਉਸਨੇ ਸੋਨੂ ਖੱਤਰੀ ਨਾਲ ਰਾਬਤਾ ਕਾਇਮ ਕੀਤਾ ਅਤੇ ਉਸਨੇ ਇਸ ਨੂੰ ਕੰਟੈਕਟ ਕਿਲਿੰਗ ਦਾ ਇਹਨੂੰ ਠੇਕਾ ਦਿੱਤਾ ਜਿਸ ਦੇ ਤਹਿਤ ਇਸਨੇ 인ਦਰ ਨੂੰ ਜੁਲਾਈ ਦੇ ਮਹੀਨੇ ਦੇ ਵਿੱਚ ਜਾਣ ਲਿਵਾ ਉਸਤੇ ਹਮਲਾ ਕੀਤਾ ਸੀਗਾ ਉਸ ਤੋਂ ਬਾਅਦ ਜਦੋਂ ਇਹ ਉਥੋਂ ਜੁਲਾਈ ਦੇ ਮਹੀਨੇ ਚ ਵਾਰਦਾਤ ਕਰਦਾ ਹੈ ਇਹ ਵਕ ਵਕ ਥਾਵਾਂ ਤੇ ਆਪਣਾ ਲੁਕਦਾ ਕਰਦਾ ਹੈ ਅਤੇ ਉਹਦੇ ਵਿੱਚ ਇਹ ਉਸ ਦੌਰਾਨ ਫਿਰ ਅਕਤੂਬਰ ਦੇ ਵਿੱਚ 10ਵੇਂ ਮਹੀਨੇ ਦੇ ਵਿੱਚ ਇਹ ਤਿੰਨ ਮਰਡਰ ਕਰਦਾ ਉਸ ਜੱਸਾ ਮਾਨੋਵਾਲ ਦੀ ਸੱਸ ਦਾ ਤੇ ਉਹਦੀ ਉਸਦੀ ਵਾਈਫ ਦਾ ਅਤੇ ਵੀ ਇਹਦਾ ਇਹਨਾਂ ਦਾ ਕੋਈ ਜਿਹੜਾ ਦੋਸ਼ੀ ਜਿਸ ਨਾਲ ਇਹਨਾਂ ਦੀ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਉਹ ਨਵਾਂ ਸ਼ਹਿਰ ਦੇ ਵਿੱਚ ਇੱਕ ਉਹ ਮਟਰ ਕਰਦਾ ਹੈਗਾ। ਤੋਂ ਉਸ ਤੋਂ ਬਾਅਦ ਜਦੋਂ ਇਸ ਨੂੰ ਨਵੰਬਰ ਦੇ ਮਹੀਨੇ ਵਿੱਚ ਗ੍ਰਫਤਾਰ ਕੀਤਾ ਜਾਂਦਾ ਹੈਗਾ ਤੇ ਉਸ ਤੋਂ ਅਸੀਂ ਇਸ ਨੂੰ ਮੰਡੇ ਨੂੰ ਇਸ ਨੂੰ ਪ੍ਰੋਡਕਸ਼ਨ ਫਰੰਟ ਤੇ ਜਿਲਖਪੁਰ ਵਾਲੇ ਕੇਸ ਵਿੱਚ ਜਿਵੇਂ ਮੈਂ ਦੱਸਿਆ ਜਿਹੜਾ ਇੰਦਰ ਉਤੇ ਨੇ 307 ਮਤਲਬ ਅਟੈਂਪਟ ਟੂ ਮਟਰ ਕੀਤਾ ਸੀ। ਕਿਉਂਕਿ ਇਹ ਬਹੁਤ ਡ੍ਰੈਡਡ ਗੈਂਗਸਟਰ ਹੈਗਾ ਤੇ ਮਰਡਰ ਤੇ ਮਰਡਰ ਕਰੀ ਜਾ ਰਿਆ ਸੀ ਇਸ ਦੀ ਸਾਰੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਜੀਟੀਐਫ ટીਮ ਨੂੰ ਸੌਂਪੀ ਗਈ ਸੀ ਜਿਸ ਨੂੰ ਬੜਾ ਬੇਕੁਬੀ ਅਧਿਕਾਰੀ ਸੰਦੀਪ ਗੋਲਨੇਵੀ ਦੱਸਿਆ ਕਿ ਜੱਸਾ ਕਿਉਂਕਿ ਖਤਰਨਾਕ ਗੈਂਗਸਟਰ ਸੀ ਤੇ ਟਾਰਗੇਟ ਕਿਲਿੰਗ ਦੇ ਵਿੱਚ ਮਾਹਰ ਸੀ ਜਦੋਂ ਪੁਲਿਸ ਨੂੰ ਝਟਕਾ ਦੇ ਕੇ ਫਰਾਰ ਹੋਣ ਲੱਗਿਆ ਤਾਂ ਉਸ ਨੂੰ ਬਹੁਤ ਚੇਤਾਵਨੀ ਦਿੱਤੀ ਪਰ ਅਖੀਰ ਦੇ ਵਿੱਚ ਗੋਲੀਆਂ ਚਲਾਉਣੀਆਂ ਪਈਆਂ ਕਿਉਂਕਿ ਜੇ ਉਹ ਫਰਾਰ ਹੋ ਜਾਂਦਾ ਤਾਂ ਬਹੁਤ ਨੁਕਸਾਨ ਪਹੁੰਚਾ ਸਕਦਾ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਿੱਖ ਭਾਈਚਾਰੇ ਖਿਲਾਫ ਨਫਰਤੀ ਟਿੱਪਣੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਦੇ ਇੱਕ ਨੌਜਵਾਨ ਦੀ ਜ਼ਮਾਨਤ ਪਟੀਸ਼ਨ ਦੂਸਰੀ ਵਾਰੀ ਖਾਰਜ ਕਰ ਦਿੱਤੀ ਹੈ ਜ਼ਮਾਨਤ ਰੱਦ ਕਰਨ ਦੇ ਨਾਲ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਨੇ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਅਤੇ ਭਿਆਨਕ ਪਲਾਂ 1984 ਦੀ ਸਿੱਖ ਵਿਰੋਧੀ ਨਸਲਕੁਸ਼ੀ ਨੂੰ ਵੀ ਯਾਦ ਕੀਤਾ ਅਦਾਲਤ ਨੇ ਨੌਜਵਾਨ ਦੇ ਇਸ ਵਿਵਹਾਰ ਨੂੰ ਨਸਲਕੁਸ਼ੀ ਦੇ ਬਰਾਬਰ ਮੰਨਿਆ ਜੱਜ ਸਾਹਿਬ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਾਂਡ ਤੋਂ ਬਾਅਦ ਦੇਸ਼ ਵਿੱਚ ਹੋਈ ਨਸਲ ਕੁਸ਼ੀ ਦੇ ਵਿੱਚ ਹਜ਼ਾਰਾਂ ਸਿੱਖ ਮਾਰੇ ਗਏ ਅਤੇ ਉਹਨਾਂ ਦੇ ਪਰਿਵਾਰ ਹਾਲੇ ਤੱਕ ਸੰਤਾਪ ਭੋਗ ਰਹੇ ਨੇ ਹਾਲਾਂਕਿ ਅਦਾਲਤ ਆਪਣੇ ਆਪ ਨੂੰ ਮੌਜੂਦਾ ਐਫਆਈਆਰ ਦੇ ਵਿੱਚ ਲਾਏ ਗਏ ਦੋਸ਼ਾਂ ਤੱਕ ਹੀ ਸੀਮਿਤ ਰੱਖੇਗੀ ਪਰ ਪਟੀਸ਼ਨ ਕਰਤਾ ਤੇ ਉਸ ਦੇ ਸਾਥੀਆਂ ਵੱਲੋਂ ਕਥਿਤ ਤੌਰ ਤੇ ਵਰਤੇ ਗਏ ਸ਼ਬਦ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿਣ ਦਿੰਦੇ ਕਿ ਇਹ ਨਾ ਸਿਰਫ ਗੰਭੀਰ ਬਲਕਿ ਬਹੁਤ ਹੀ ਘਣਾਉਣੇ ਸ਼ਬਦ ਵੀ ਹਨ ਕਥਿਤ ਵੀਡੀਓ ਪੋਸਟ ਦੇ ਆਧਾਰ ਤੇ ਜੱਜ ਪੁਰੀ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਅਜਿਹੇ ਬਿਆਨ ਦੇ ਦਾ ਮਕਸਦ ਪਾਈ ਜਾ ਰਹਿਆਂ ਵਿੱਚ ਦੰਗੇ ਭੜਕਾਉਣਾ ਸੀ ਜਿਸ ਨੂੰ ਸਟੇਟ ਵੱਲੋਂ ਟੁਕਵੇਂ ਢੰਗ ਨਾਲ ਰੋਕਿਆ ਗਿਆ ਜਸਟਿਸ ਪੁਰੀ ਨੇ ਵਕੀਲ ਅਤੇ ਸ਼ਿਕਾਇਤਕਰਤਾ ਵੱਲੋਂ ਪ੍ਰਗਟਾਏ ਗੇ ਖਦਸ਼ੇ ਨੂੰ ਵੀ ਨੋਟ ਕੀਤਾ ਕਿ ਮੁਲਜ਼ਮ ਗਵਾਹਾਂ ਨੂੰ ਡਰਾ ਧਮਕਾ ਕੇ ਪ੍ਰਭਾਵਿਤ ਕਰ ਸਕਦਾ ਹੈ ਜ਼ਮਾਨਤ ਰਹਿਣ ਹੋਂ ਦੀ ਸੂਰਤ ਵਿੱਚ ਨਿਆਂ ਤੋਂ ਭੱਜ ਸਕਦਾ ਹੈ ਤੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਇਸ ਮਾਮਲੇ ਦੇ ਵਿੱਚ ਮੁਲਜ਼ਮ ਰਾਹੁਲ ਸ਼ਰਮਾ ਦੇ ਖਿਲਾਫ 5 ਮਈ 202 ਤੇ ਨੂੰ ਅੰਮ੍ਰਿਤਸਰ सदर ਥਾਣੇ ਦੇ ਵਿੱਚ ਆਈ ਪੀਸੀ ਦੀ ਧਾਰਾ 295A 298 153A 506 ਤੇ 34 ਤਹਿਤ ਕੇਸ ਸਰਜ ਕੀਤਾ ਗਿਆ ਸੀ ਮੁਲਜ਼ਮ ਨੇ ਦਸੰਬਰ 2022 ਵਿੱਚ ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਦੇ ਵੱਲੋਂ ਖਤਮ ਕੀਤੇ ਹਿੰਦੂ ਲੀਡਰ ਸੁਧੀਰ ਸੂਰੀ ਬਾਰੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਸ ਨੇ ਜਿਸ ਵਿੱਚ ਉਸਨੇ ਸਿੱਖ ਕੌਮ ਦੇ ਲਈ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਸੀ ਸ਼ਿਕਾਇਤ ਤੋਂ ਬਾਅਦ ਇਸ ਨੂੰ ਫੜ ਲਿਆ ਗਿਆ ਫਿਰ ਇਸ ਦੀ ਇੱਕ ਵਾਰੀ ਜ਼ਮਾਨਤ ਖਾਰਜ ਹੋਈ ਤੇ ਹੁਣ ਦੂਸਰੀ ਵਾਰੀ ਖਾਰਜ ਹੋਈ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਅਚਾਨਕ ਰੋਪੜ ਦੇ ਸਰਕਾਰੀ ਐਮਨੈਂਸ ਸਕੂਲਾਂ ਦੇ ਵਿੱਚ ਪਹੁੰਚ ਗਏ। ਉਹਨਾਂ ਨੇ ਸੁਖੋ ਮਾਜਰਾ ਸਕੂਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਰੂਪਨਗਰ ਦੇ ਮੁਰਿੰਡਾ ਦੇ ਸਰਕਾਰੀ ਸਕੂਲ ਲੁਥੇਰ ਵੀ ਪਹੁੰਚੇ। ਸਭ ਤੋਂ ਪਹਿਲਾਂ ਸਟਾਫ ਨੂੰ ਉਹਨਾਂ ਨੇ ਕਾਮ ਡਾਊਨ ਕਰਦਿਆਂ ਕਿਹਾ ਕਿ ਹਾਂ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਹ ਰੇਡ ਮਾਰਨ ਨਹੀਂ ਆਏ ਬਲਕਿ ਦੇਖਣ ਆਏ ਨੇ ਤੁਹਾਡੇ ਇੰਤਜ਼ਾਮਾਂ ਨੂੰ ਪੁੱਛਣ ਆਏ ਨੇ ਕਿ ਕੋਈ ਕਮੀ ਤਾਂ ਨਹੀਂ। ਇਸ ਦਰਾਂ ਮੁੱਖ ਮੰਤਰੀ ਨੇ ਅਧਿਆਪਕਾਂ ਤੇ ਬੱਚਿਆਂ ਦੀ ਹਾਜ਼ਰੀ ਵੀ ਚੈੱਕ ਕੀਤੀ। छापा मारने आए एक कमियां जेडीया पहला पहला वालीया सरकारां ਛੱਡ ਗਿਆ। ਤੁਸੀਂ ਦੱਸੋ ਕਿ ਕੋਈ ਕਮੀਆਂ ਪੂਰੀਆ ਕਿਵੇਂ ਕਰੀਏ ਸਰ ਕਮੀਆਂ ਪੂਰੀਆ ਸਾਡਾ ਨਾ ਉਹਦੇ ਤੇ ਚੱਲੀ ਰਿਆ ਸਰ ਨਕਸ਼ੇ ਬਣ ਕੇ ਆ ਗਏ ਹੋ ਨੇ ਤੇ ਉਹਦੇ ਲਈ ਬਜਟ ਚੱਲ ਰਿਹਾ ਬਜਟ ਅਸੀਂ ਪਹਿਲਾਂ ਹੀ ਦੇਖਿਆ ਹੈ ਸਕੂਲ ਆਫ ਅਰਬੀਨਸ ਮਾਥੀ ਕਰਤਾਂ ਹਾਂਜੀ ਹਾਂਜੀ ਬਲਾ ਲੋ ਸਟਾਫ ਨੂੰ ਬਲਾਓ ਨਾ ਸਰ ਸਾਰੇ ਸਟਾਫ ਨੂੰ ਮੈਂ ਕਹਿ ਦਿੱਤਾ ਮੈਂ ਬਾਹਰ ਖੜ੍ਹ ਜਾ ਨੀ ਬਾਹਰ ਚੱਲਦੇ ਮੁੱਖ ਮੰਤਰੀ ਨੇ ਦੱਸਿਆ ਕਿ ਆਉਣ ਦੀ 16 ਦਸੰਬਰ ਨੂੰ ਪੀਟੀਐਮ ਮੀਟਿੰਗ ਹੋਏਗੀ ਜਿਸ ਵਿੱਚ ਮਾਪੇ ਅਧਿਆਪਕਾਂ ਨਾਲ ਮਿਲ ਕੇ ਆਪਣੀਆਂ ਪਰੇਸ਼ਾਨੀਆਂ ਦੱਸ ਸਕਦੇ ਨੇ ਅਧਿਆਪਕ ਵੀ ਬੱਚੇ ਦੀ ਪੜ੍ਹਾਈ ਨੂੰ ਲੈ ਕੇ ਮਾਪਿਆਂ ਨੂੰ ਜਾਣਕਾਰੀ ਦੇਣਗੇ 16 ਦਸੰਬਰ ਨੂੰ ਪੂਰੇ ਪੰਜਾਬ ਦੇ ਵਿੱਚ ਹੋਰ ਵੱਡੇ ਪੱਧਰ ਤੇ ਪੇਰੈਂਟ-ਟੀਚਰ ਮੀਟਿੰਗ ਹੋਊਗੀ ਮਾਪੇ ਤੇ ਅਧਿਆਪਕ ਮਿਲਣਗੇ ਤਾਂ ਕਿ ਪਤਾ ਲੱਗੇ ਮਾਪਿਆਂ ਨੂੰ ਪਤਾ ਲੱਗੇ ਸਾਡਾ ਬੱਚਾ ਸਕੂਲ 'ਚ ਕੀ ਕਰ ਰਿਹਾ ਕਿੰਨਾ ਕਰ ਤੇ ਟੀਚਰ ਨੂੰ ਪਤਾ ਲੱਗੇ ਬੱਚਾ ਸਕੂਲ ਤੋਂ ਬਾਹਰ ਕੀ ਕਰ ਰਿਹਾ ਹੈ ਇਹ ਨਾ ਹੋਵੇ ਕਿ ਥੋਪੜਾ ਕੇ ਭੇਜਿਆ ਤੇ ਤੁਸੀਂ ਤੁਹਾਡੀ ਸੰਗਤ ਬਾਹਰ ਹੈ ਜੀ ਸਕੂਲ ਤੋਂ ਜਿਹੜੀ ਸਾਰਾ ਕੁਝ ਪਲਾ ਦਿੰਦੀ ਹੈ ਤਾਂ ਫਿਰ ਇਹਦੇ ਨਾਲ ਮਾਪਿਆਂ ਨੂੰ ਤੇ ਅਧਿਆਪਕਾਂ ਨੂੰ ਆਪਸ ਵਿੱਚ ਇੱਕ ਦੂਜੇ ਨਾਲ ਮਿਲਣਾ ਚਾਹੀਦਾ ਇਹ ਗੱਲਾਂ ਤੁਹਾਨੂੰ ਬਹੁਤ ਕੰਮ ਆਉਣਗੇ ਸਹਿਮਤ ਮੇਰੀ ਗੱਲ ਨਾਲ ਜੇ ਸਹਿਮਤ ਤਾਂ ਤਾੜੀਆਂ ਮਾਰਕੋ ਇਸ ਦਰਾਂ ਸਕੂਲ ਦੀ ਪ੍ਰਿੰਸੀਪਲ ਨੇ ਆ ਕੇ ਦੱਸਿਆ ਕਿ ਇੱਕ ਬੱਚਾ ਕੁਝ ਦਿਨ ਪਹਿਲਾਂ ਸਕੂਲ ਆ ਰਿਹਾ ਸੀ ਪਰ ਦੁਰਘਟਨਾ ਕਾਰਨ ਉਸ ਦੀ ਜਾਨ ਚਲੀ ਗਈ ਤਾਂ ਮੁੱਖ ਮੰਤਰੀ ਨੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਸਾਰੇ ਸਕੂਲਾਂ ਦੇ ਵਿੱਚ ਬੱਸਾਂ ਸ਼ੁਰੂ ਕਰ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਖਾਸ ਕਰਕੇ ਕੁੜੀਆਂ ਦੇ ਲਈ ਤਾਂ ਬਹੁਤ ਜ਼ਰੂਰੀ ਹੈ ਤੇ ਉਹਨਾਂ ਨੇ ਇਹ ਵੀ ਵੱਡਾ ਐਲਾਨ ਕੀਤਾ ਕਿ ਇਹਨਾਂ ਬੱਸਾਂ ਦੇ ਵਿੱਚ ਜੀਪੀਐਸ ਲੱਗਿਆ ਹੋਏਗਾ ਬੱਸ ਕਿੱਧਰ ਕਿੱਧਰ ਨੂੰ ਜਾ ਰਹੀ ਹੈ ਮਾਪਿਆਂ ਨੂੰ ਪਤਾ ਲੱਗਦਾ ਰਹੂਗਾ ਸਾਰੇ ਸਰਕਾਰੀ ਸਕੂਲਾਂ ਨੂੰ ਔਰ ਉਹ ਬਕਰ ਜਿੰਨੇ ਆਪ ਕਿਤੇ ਸਕੂਲ ਆਰਦਾ ਦੇ ਪਿੰਡ ਨੇ ਸੋ 6ਵੀਂ ਤੱਕ ਦੇ ਬੱਚੇ ਤਾਂ ਲੋਕਲੀ ਹੁੰਦੇ ਬਕਰ ਉਹਨਾਂ ਪਿੰਡਾਂ 'ਚ ਵੀ ਸਕੂਲ ਬਣਾਉਣਗੇ 7ਵੀਂ 8ਵੀਂ 9ਵੀਂ 10ਵੀਂ ਕਰਨੇ ਬਾਅਦ ਨੇ ਸੋ ਬੱਸਾਂ ਤੁਹਾਨੂੰ ਇਹ ਪ੍ਰਿੰਸੀਪਲ ਮੈਡਮ ਦੱਸ ਦੇਣਗੇ ਕਿੰਨੇ ਪਿੰਡਾਂ ਤੋਂ ਬੱਚੇ ਆਉਂਦੇ ਆ ਉਹ ਸਾਹਿਬ ਨੇ ਬੱਸਾਂ ਲੈ ਜਾਣਗੇ 7ਵੀਂ 8ਵੀਂ 9ਵੀਂ ਵਾਲੇ ਕਲਾਸਾਂ ਨੂੰ ਪ੍ਰਿੰਸੀਪਲ ਜਿੰਨੇ ਵੀ ਹੋਣਗੇ ਸਕੂਲ ਆਫ ਫੈਮਿਨਸ ਦੇ ਸੀਨੀਅਰ ਸਕੂਲਾਂ ਦੇ ਹਾਈ ਸਕੂਲਾਂ ਦੇ ਉਹ ਉਹਨਾਂ ਨੂੰ ਉਹਨੇ ਫੈਸਲਾ ਕਰਨੇ ਉਹ ਕੰਟਾ ਪਹਿਲਾਂ ਛੁੱਟੀ ਕਰ ਸਕਦੇ ਨੇ 7ਵੇਂ 8ਵੇਂ 9ਵੇਂ ਵਾਲਿਆਂ ਨੂੰ ਤਾਂ ਕਿ ਬਸਾਂ ਉਹਨਾਂ ਨੂੰ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਕੂਲ ਦੇ ਵਿੱਚ ਖੁਦ ਵੀ ਵਿਦਿਆਰਥੀਆਂ ਦੇ ਨਾਲ ਜ਼ਮੀਨ ਤੇ ਬੈਠ ਗਏ ਉਹਨਾਂ ਨਾਲ ਗੱਲਬਾਤ ਕੀਤੀ ਦਿਲਚਸਪੀ ਪੁੱਛੀ ਸਕੂਲ ਦੀ ਕਮੀ ਪੇਸ਼ੀ ਬਾਰੇ ਵੀ ਬੱਚਿਆਂ ਤੋਂ ਪੁੱਛਿਆ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਪਹਿਲਾਂ ਪ੍ਰਾਈਵੇਟ ਸਕੂਲ 'ਚ ਪੜਦਾ ਸੀ ਪਰ ਹੁਣ ਉਹਨੇ ਸਰਕਾਰੀ ਸਕੂਲ 'ਚ ਦਾਖਲਾ ਲਿਆ ਹੈ ਕਿਉਂਕਿ ਪੰਜਾਬ ਦੇ ਸਰਕਾਰੀ ਸਕੂਲ ਬਹੁਤ ਚੰਗੇ ਹੋ ਗਏ ਨੇ ਤੇ ਮੈਂ ਪਹਿਲਾਂ ਪ੍ਰਾਈਵੇਟ ਸਕੂਲ ਦੇ ਵਿੱਚ ਸੀਗਾ ਅੱਛਾ ਤੇ ਗਾਰਡਨ ਵੈਲੀ ਇੰਟੈਂਸ਼ਲ ਸਕੂਲ ਦੇ ਵਿੱਚ ਤੇ ਮੇਰੇ ਪਾਪਾ ਮਾਂ ਵੀ ਮੰਮਾ ਵੀ ਖੁਦ ਗਵਰਨਮੈਂਟ ਜੌਬ ਟੀਚਰਸ ਨੇ ਅੱਛਾ ਹਾਂਜੀ ਤੇ ਮੈਂ ਬਹੁਤ ਥੈਂਕਫੁਲ ਹੋਇਆ ਕਿ ਸਕੂਲ ਦਾ ਤੇ ਬਹੁਤ ਜ਼ਿਆਦਾ ਇਹਨੇ ਸਕੂਲ ਨੇ ਮੈਨੂੰ ਓਪਰਚ्युनिटी ਦਿੱਤੀ ਅੱਗੇ ਜਾਣ ਦੀ ਇਹਦੇ ਕਿਸੇ ਵੀ ਤੁਸੀਂ ਕਹੋ ਹੌਨਰ ਨੂੰ ਜਾਂ ਉਹਨੂੰ ਤਰਾਸ਼ਣ ਦੀ ਬਹੁਤ ਹਿੰਮਤ ਦਿੱਤੀ ਮੈਨੂੰ ਵੈਰੀ ਗੁੱਡ ਤੇ ਮੈਂ ਇਹ ਵੀ ਬਹੁਤ ਜ਼ਿਆਦਾ ਥੈਂਕਫੁਲ ਹਾਂ ਕਿ ਬਹੁਤ ਜਿਆਦਾ ਐਜੂਕੇਟਿਡ ਟੀਚਰ ਨੇ ਆਪਣੇ ਕੋਲ ਹਮ ਬਿਲਕੁਲ ਮਾਸਟਰ ਲੈਵਲ ਜੀ ਨੇ ਮਾਸਟਰ ਜਿਹੜੇ ਮਾਸਟਰ ਸਾਰੇ ਅਪਰੋਕਸੀਮੇਟਲੀ ਤੇ ਇਸ ਸਕੂਲ ਨੇ ਹੀ ਮੈਨੂੰ ਪੇਂਟਿੰਗ ਦੇ ਵਿੱਚ ਸਪੋਰਟਸ ਦੇ ਵਿੱਚ ਹਾਂ ਸਟੇਟ ਲੈਵਲ ਤੇ ਮੈਂ ਜਾ ਕੇ ਆਈ ਹਾਂ ਅੱਛਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਰਹਿਮ ਦੀ ਅਪੀਲ ਦਾ ਨਵੇੜਾ ਕਰਵਾਉਣ ਦੀ ਮੰਗ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ 20 ਦਸੰਬਰ ਨੂੰ ਦਿੱਲੀ ਦੇ ਵਿੱਚ ਵੱਡਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਤੇ ਉਸ ਦੇ ਲਈ ਐਸਜੀਪੀਸੀ ਨੇ ਕਮਰ ਕੱਸ ਰੱਖੀ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨਾਲ ਬੈਠਕਾਂ ਕਰ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਫੈਡਰੇਸ਼ਨਾਂ ਦੇ ਨਾਲ ਬੈਠਕ ਕੀਤੀ ਉਸ ਤੋਂ ਬਾਅਦ ਇੱਕ ਦੋ ਹੋਰ ਬੈਠਕਾਂ ਹੋਈਆਂ ਨੇ ਤੇ ਹੁਣ ਉਹਨਾਂ ਨੇ ਕਾ ਸੇਵਾ ਜਥੇਬੰਦੀਆਂ ਦੇ ਨਾਲ ਮੀਟਿੰਗ ਕੀਤੀ ਤੇ ਇਸ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ 19 ਦਸੰਬਰ ਨੂੰ ਇਹ ਸਾਰੇ ਦਿੱਲੀ ਪਹੁੰਚ ਜਾਣਗੇ ਤੇ 20 ਨੂੰ ਮਾਰਚ ਕੱਢਿਆ ਜਾਊਗਾ ਟਾਈਮਿੰਸਟਰ ਸਾਹਿਬ ਨੂੰ ਇੱਕ ਚਿੱਠੀ ਵੀ ਲਿਖੀ ਆ ਉਹਨਾਂ ਤੋਂ ਅਪਾਇੰਟਮੈਂਟ ਦਾ ਸਮਾਂ ਵੀ ਮੰਗਿਆ ਉਹ ਤੋਂ ਇਲਾਵਾ 20 ਤਰੀਕ ਨੂੰ ਸਮੁੱਚੇ ਪੰਥ ਨੇ ਫੈਸਲਾ ਕੀਤਾ ਸੀ ਕਿ ਜਿਹੜੇ 26 ਲੱਖ ਪਰਫਾਰਮੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਉਹ ਲੋਕਾਂ ਨੇ ਸਾਈਨ ਕੀਤੇ ਸੀ ਉਹ ਸਾਈਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਪਾਸ ਪਹੁੰਚਾਏ ਜਾਣ। ਉਹਦੇ ਤਹਿਤ ਅਸੀਂ 23 ਤਰੀਕ ਦਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਸਾਰਾ ਇਹ ਫੈਸਲਾ ਕੀਤਾ ਕਿ 23 ਤਰੀਕ ਨੂੰ 10 ਵਜੇ ਗੁਰਦੁਆਰ ਕਾਬ ਸੰ ਰਕਾਬ ਗਾਂਜ ਵਿਖੇ ਸਾਰੇ ਇਕੱਤਰ ਹੋਵਾਂਗੇ। ਉੱਥੋਂ ਫਿਰ ਅਸੀਂ ਉਹ ਫਾਰੇ ਸਿਗਨੇਚਰ ਜਿਹੜੇ ਸਾਡੇ ਹੋਏ ਹੋ ਆ ਉਹ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਕਾਰ ਸੇਵਾ ਸੰਪਰਦਾਵਾਂ ਦੇ ਵੱਲੋਂ ਮਾਰਚ ਦੇ ਵਿੱਚ ਸ਼ਾਮਿਲ ਹੋਣ ਦੇ ਨਾਲ-ਨਾਲ ਲੰਗਰਾਂ ਦਾ ਪ੍ਰਬੰਧ ਕਰਨ ਦਾ ਜ਼ਿੰਮਾ ਵੀ ਸਾਂਭ ਲਿਆ ਗਿਆ ਹੈ ਇਸ ਮੌਕੇ ਐਸ.ਵੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਕੌਮੀ ਮਸਲਾ ਹੈ ਤੇ ਸਾਂਝੇ ਕੌਮੀ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਤੁਝੇ ਵਾਸਤੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਤਾਂ ਇਹ ਮਾਰਚ ਨਾ ਕੱਢਣ ਦੀ ਬੇਨਤੀ ਕੀਤੀ ਸੀ ਤੇ ਇੱਧਰ ਐਸਜੀਪੀਸੀ ਇਸ ਮਾਰਚ ਨੂੰ ਵੱਡੇ ਤੋਂ ਵੱਡਾ ਬਣਾਉਣ ਦੇ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਤੇ ਦਿੱਲੀ ਕਮੇਟੀ ਦੇ ਨਾਲ ਜਿਹੜਾ ਤਣਾਅ ਚੱਲ ਰਿਹਾ ਹੈ ਉਸ ਬਾਰੇ ਵੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਦਿੱਲੀ ਕਮੇਟੀ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਦਿੱਲੀ ਦੇ ਵਿੱਚ ਪ੍ਰਦਰਸ਼ਨ ਸੰਬੰਧੀ ਹਰ ਜਥੇਬੰਦੀ ਦੇ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ ਸਾਂਝੇ ਕੌਮੀ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸ਼ਾਮਿਲ ਹੋਣਾ ਜ਼ਰੂਰੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੇ ਵਿੱਚ ਵੀ ਆਨੰਦ ਮੈਰਜ ਐਕਟ ਲਾਗੂ ਹੋ ਗਿਆ ਇਸ ਦੇ ਨਾਲ ਸਿੱਖ ਕੌਮ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਮੰਗ ਪੂਰੀ ਹੋ ਗਈ ਹੈ ਹੁਣ ਸਿੱਖ ਭਾਈਚਾਰੇ ਦੇ ਵਿੱਚ ਇਥੇ ਵਿਆਹ ਦੀ ਰਜਿਸਟ੍ਰੇਸ਼ਨ ਇਸੇ ਕਾਨੂੰਨ ਤਹਿਤ ਹੋਵੇਗੀ ਆਨੰਦ ਮੈਰਜ ਐਕਟ ਤਹਿਤ ਹੋਵੇਗੀ ਹਾਲਾਂਕਿ ਆਨੰਦ ਮੈਰਜ ਐਕਟ ਪੂਰੇ ਦੇਸ਼ ਦੇ ਵਿੱਚ ਤਾਂ ਲਾਗੂ ਨਹੀਂ ਹੈ ਪਰ ਕੁਝ ਥਾਵਾਂ ਤੇ ਜ਼ਰੂਰ ਲਾਗੂ ਕੀਤਾ ਗਿਆ ਧਾਰਾ 370 ਕਾਰਨ ਜੰਮੂ ਕਸ਼ਮੀਰ ਦੇ ਵਿੱਚ ਵੀ ਇਹ ਲਾਗੂ ਨਹੀਂ ਸੀ ਪਰ ਹੁਣ ਇਸ ਨੂੰ ਲਾਗੂ ਕਰ ਦਿੱਤਾ ਗਿਆ ਹੈ ਇਸ ਸਬੰਧੀ ਕਾਨੂੰਨ ਨਿਆ ਅਤੇ ਸੰਸਤੀ ਮਾਮਲਿਆਂ ਬਾਰੇ ਵਿਭਾਗ ਦੇ ਤਿੰਨ ਵ번 ਨੂੰ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸਿੱਖ ਜੋੜੇ ਹੁਣ ਆਪਣੇ ਵਿਆਹ ਤੋਂ ਬਾਅਦ 3 ਮਹੀਨਿਆਂ ਦੇ ਸਮੇਂ ਦੇ ਅੰਦਰ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਨੇ ਬਾਅਦ ਇਸ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਰਸਮੀ ਕਾਰਵਾਈਆਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਲੇਟ ਫੀਸ ਭਰਨੀ ਪਊਗੀ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਇਸ ਦੇ ਲਈ ਉਪ ਰਾਜਪਾਲ ਦਾ ਧੰਨਵਾਦ ਕੀਤਾ ਹੈ ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਛੇਤੀ ਮਿਲਾਂਗੇ ਐਮਰਜੈਂਸੀ ਬੁਲੇਟਿਨ ਦੇ ਨਾਲ ਧੰਨਵਾਦ